ਅਸਲਾਮ ਅਲੈਕੁਮ ਜੀ। ਇਹ ਜੀ ਨਿਜ਼ਾਮ ਸਾਹਿਬ ਨਾਲ ਪਰਿਵਾਰ ਦੇ ਰਾਹ ਨਾਲ ਅੱਜ ਮੇਰੇ ਪਿੰਡ ਆਏ ਹੋਣ, ਮੈਨੂੰ ਲੈ ਕੇ ਜਾ ਰਹੇ ਹਨ 6 ਤਰੀਕ ਨੂੰ ਸਹੀ ਉੱਥੇ ਕੋਈ ਮੈਚ ਕਰਵਾਉਣਾ ਚਾਹੁੰਦੇ ਹਨ, ਅਤੇ ਮੈਂ ਇਹਨਾਂ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਇਤਨੀ ਮੇਰੀ ਔਕਾਤ ਨੇ ਜਿੰਨੇ ਨਿਜ਼ਾਮੀ ਸਾਹਿਬ ਔਰ ਮੈਨੂੰ ਇਜ਼ਾ ਦਿੱਤੀ ਹੈ। 6 ਤਰੀਕ ਦੀ ਮੇਰੀ ਫਲੈਟ ਹੈ ਜਨਾਬ, 8 ਵਜੇ ਇਸਲਾਮਾਬਾਦ ਤੋਂ, ਅਤੇ ਮੇਰੇ ਸਾਹਮਣੇ ਨਿਜ਼ਾਮੀ ਸਾਹਿਬ ਹੋਰ ਹੀ ਖਲੇ ਜੀ। ਅਸਲਾਮ ਅਲੈਕੁਮ, 6 ਤਾਰੀਖ ਇਨਸ਼ਾਅੱਲਾ ਸਾਡੀ ਰਵਾਨਗੀ ਦੁਬਈ ਯੋਗ ਹੈ, ਅਤੇ ਬਹੁਤ ਜਲਦ ਅਸੀਂ ਕਬੱਡੀ ਦਾ ਬਿਹਤਰੀਨ ਮੈਚ ਜਾਵੇ ਜੱਡੂ ਸਾਹਿਬ ਦੀ ਸਰਪ੍ਰਸਤੀ ਮੇ ਉੱਥੇ ਕਰਾ ਸਾਂ ਇਨਸ਼ਾਅੱਲਾ ਤਾਲਾ। ਅੱਲਾ ਪਾ ਖੈਰ ਕੀਤੀ, ਅਤੇ ਇਹਨਾਂ ਦੀ ਮੁਹੱਬਤ ਹੈ ਕਿ ਇਤਨੀ ਮੁਹੱਬਤ ਕਰਦੇ ਹਨ ਅਤੇ ਜਾ ਵੀ ਰਹੇ। ਜਵੇਦ ਜੱਟੂ ਦਰਬਾਰੇ ਆਲੀਆ ਹਜ਼ਰਤ ਬਾਬਾ ਗੁਦਰ ਸ਼ਾਹ ਬੁਖਾਰੀ ਰਹਿਮਤੁਲਾਹ ਅਲੈ, ਜਸਤੇ ਚੌਧਰੀ ਮੁਹੰਮਦ ਅਫਜ਼ਲ ਜੱਟ, ਅਫੀਸਰ ਪਾਕਿਸਤਾਨ ਵਾਕਟਾ ਪੀਰ ਮੱਲ ਸ਼ਾਹ। ਜਵੇਦ ਜੱਟੂ, ਜੱਟੂ ਅੱਜ ਗੁਜਰਾਤ ਦਾ ਹੱਥ ਵਿਖਾ ਜਿੱਥੇ ਘੋੜੀ ਜਿੱਤੀ ਆਈ ਹੋ, ਇਹ ਗੱਲ ਰਹੀ ਅੱਲਾ ਦਾ ਨਾਮ ਬਾਤ ਹੈ। ਚੌਧਰੀ ਸ਼ੌਕਤ ਬੜਾਈ ਦੀ ਤਰਫੋਂ ਕੰਮ ਹੋਇਆ ਹੈ। ਇਹ 5,000 ਦਾ ਨੋਟ ਆ ਗਿਆ, ਅੱਲਾ ਮੇਰਿਆ ਮੇਰੀ ਤੌਬਾ ਹੈ, ਕੌਡੀ ਨਹੀਂ ਕੋਈ ਹੋਰ ਬਣੋਏ। ਜਵੇਦ ਜੱਟੂ, ਜੱਟੂ ਸਾਹਿਬ ਹੈ ਮੇਰੇ ਵੱਲ ਤਵੱਜੋ ਜੀ, ਬਾਬਾ ਰਮਦਾਨ ਦੀ ਤਰਫੋਂ 5,000 ਰੁਪਇਆ, ਅਗਰ ਖਿਲਾੜੀ ਦੀ ਤਬੀਅਤ ਬਣਾਵੇ ਨਕਦ 5,000 ਰੁਪਇਆ। ਆਵਾਜ਼ ਇੱਕ ਜ਼ੋਰਦਾਰ ਤਾੜੀ ਹੋਏ, ਚੌਧਰੀ ਸ਼ੌਕਤ ਦੀ ਤਰਫੋਂ 500 ਰੁਪਇਆ, ਰੁਪਇਆ ਹੋ ਗਿਆ 5,500। ਹੁਣ ਵੇਖੋ ਬਣਦਾ ਹੀ ਕੇ, ਹਾਂ ਰਾਜਾ ਸਾਹਿਬ ਕਹਿ ਬੋ ਕੇ, ਜੱਟੂ 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 5,000 ਨਾਲ 5,500 ਹੋ ਗਿਆ। ਅੱਲਾ ਦਾ ਨਾਂ, ਥੋੜੀ ਜਿਹੀ ਮਿਹਨਤ ਕਰ, 500 ਮੈਂ ਵੀ ਦੇ ਸਾਂ। ਚੌਧਰੀ ਪਰਵੇਜ਼ ਹੈ ਸਭ ਤੇ ਗੱਲਾਂ ਮੁੱਕ ਗਈਆਂ ਨੀ, ਪਿੱਛੇ ਰਾਏ ਕਾਸ਼ਾ ਨਹੀਂ ਗਈ, ਕਿੰਨੇ ਸਦਾ ਫਰਾਸ ਇਹ ਮੈਚ ਮੈਂ ਨਾ ਹੋਇਆ, ਸਾਨੂੰ ਬੈਠ ਦੀ ਜੰਗ ਦੇ ਮੰਦਰ ਬਣ ਗਏ ਬੰਦੇ, ਅੱਜ ਤੁਹਾਡੀ ਖੋਡੀ ਗੋਡੀ ਵੇਖੀ ਨਹੀਂ, ਅੱਜ ਖੋਡੀ ਗੋਡੀ ਹੋ ਗਈ, ਅੱਜ ਬਾਅਦ
ਵਾਹ ਜੀ ਵਾਹ ਵਾਹ ਜੀ ਵਾਹ ਵਾਹ ਹਾਏ ਹਾਏ
ਜੱਟੂ ਜੀ ਜਿਵੇਂ ਸਵੇਲਾ ਜਵੇ ਜੱਟੂ ਸਾਹਿਬ ਸਿੱਧੇ ਸਟੇਜ ਤੇ ਆਓ ਸਟੇਜ ਤੇ ਆਓ ਜੀ ਜੱਟੂ ਸਾਹਿਬ ਸਟੇਜ ਤੇ ਆਓ ਕੀ ਬਾਤ ਹੈ ਭਾਈ ਮੁਹੰਮਦ ਅਬਾਦ ਦੀ ਤਰਫੋਂ 10,000 ਰੁਪਇਆ ਜੀ ਮਲਿਕ ਨਾਸਰ ਰਵਾਨ ਦੀ ਤਰਫੋਂ 12,000 ਰੁਪਇਆ ਬੰਦਾ ਨਜੀਦ ਨੂੰ ਮਾਫੀ ਦੇ ਵੀ ਮੈਂ 500 ਲਾਇਆ ਸੀ ਬਕਾਇਆ 500 ਸ਼ੌਕਤ ਖਾਨ ਕੋਲੂ ਭਾਈ ਬਲਾ ਮੈਨੂੰ ਦੇ ਕੇ ਮੇਰੇ ਹਾਂ ਤੇ ਸਵੇਲਾ ਜੀ ਜੱਟੂ ਸਾਹਿਬ ਆਓ ਜੀ ਕਿਆ ਬਾਤ ਹੈ ਦਿਲ ਗਿਦਰਾ ਦੇ ਮਲਿਕ ਨਾਸਰ ਰਵਾਨ ਮਲਿਕ ਸਾਹਿਬ ਦੀ ਤਰਫੋਂ 12,000 ਰੁਪਇਆ ਜੱਟੂ ਨੂੰ ਨੱਕਾ ਦੇਣਾ ਜੀ ਮੈਂ 900 ਨਕਦ 500 ਨਾ ਮਲਿਕ ਸਾਹਿਬ ਬੜੀ ਮਿਹਰਬਾਨੀ ਆਓ ਜੀ ਜੱਟੂ ਸਾਹਿਬ ਪਿੱਛੇ ਆਓ ਭਾਈ ਮੁਹੰਮਦ ਰਮਜ਼ਾਨ ਦੀ ਤਰਫੋਂ 10,000 ਰੁਪਇਆ ਨਾ ਆਇਓ ਜੱਟੂ ਅਬ ਆਪ ਖੁਸ਼ਾਮਦ ਨਹੀਂ ਕਰਨੀ ਇੱਕ ਜ਼ੋਰਦਾਰ ਤਾੜੀ ਹੋਵੇ ਬਾਬੇ ਵੀ